वाहिगुरु जी का खालसा, वाहिगुरु जी की फतेह। कदे बुला दे वाहिगुरु जी का खालसा, वाहिगुरु जी की फतेह। जानो तान गुरु नानक। वाहिगुरु जी का खालसा, वाहिगुरु जी की फतेह। सारिया फौजा नू हां जी आवाज आउंदी है। फौजो फौजो आवाज आउंदी है। हरी सिंह देखी माड़ा जा, आवाज आउंदी है, दसी माड़ा है। वाहिगुरु जी ज्योंदे वास्ते रहो। एक अमृता प्रीत ने नी वो एक हादा नारा मारिया सीगा, कहिंदे सी कि अज आखां वारिश शाह नूं किते कबरां विचों बोल, अज किताबी इश्क दा कोई अगला वरका फोल, ते अज हकीकी इश्क दा अगला वरका कौन फोलूगा। धन्नवाद फौजो, लग गया पता ठीक है, ओके बोलदे आ। पर बोलना अज तुसी आ संगत ने, दसो असी की करिए। अभी तो आ खड़े हैं यार, है ना, आपके घरे आ। उदन भी घरे सीगा आ फौजा खड़िया नाल, है ना। पर गल ये आ भी हुण की कर सकते हाँ असी। हुण वो पुलिस वाले भैन भरा वो कहिंदे असी थोड़े भैन भरा, सानू समझ नहीं आउंदी। हुण चाक के दस दिन मैं क्या भी कानून के हिसाब न असी थोड़ी कोई गलती की है तो लै जाओ, कानून के उल्ट कोई किया घरे असी बैठे हैं, तुसी सानू यार फड़ फड़ के आए कर दें, जलील कर दें। हुण असी की कर सकते हैं, हुण चारे पासे जो किया गया सारा कुछ थोड़े सामने आ, भी हुण आपां नू की करना चाहिए, आपां की कर सकते हैं, की करांगे आपां। आपां जिहड़ा की आ पता हुण बोल भी नहीं सकते, है ना। वह कहिंदे भी पोस्टां पाईआं तुहानूं तां असीं लै के चले, हुण पोस्टां असीं आपदे भरावां नाल कोई हक सच की गल दा किते असीं जा के किसे नूं घेरिया नहीं, मारिया नहीं, कुटिया नहीं गा, ना असीं किसे दे कोई वार कीता, फिर भी साडे नाल आए ते सोहणा नहीं लगदा गा। ते हुण तुसीं सारे भैण भरा दसो भी हुण आ वीडियो तुसीं इक वेख भी लई होणी आ, सारिआं ने चैनलां ते भी चली जांदियां। हुण की इहदा जवाब हैगा गा, मैनू तां आपां तां समझो बाहर आ। हुण घर दे उदों शक्की होए, घर दे अड गालां करदे आ। हुण जिवें कल मैं घरदिआं दे वी आ जवाकां ने फीस भरनी आ, वी अगली क्लास च हो गए सारे पास हो गए, पास हो गए ना सारे तुसीं, है ना, अगली क्लास च जाणा। ते हुण असीं वी पास होणा, असीं वी आपदे गुरु घर दी फीस भरनी आ। हुण उत्थे ਕਹਿੰਦਾ ਲੱਗਦੇ ਬੀਸ ਨਾ ਤੀਸ ਕੋਈ, ਕਹਿੰਦਾ ਜਿਹੜੇ ਅੰਦਰ ਸਕੂਲ ਦੇ ਦਾਖਲ ਹੋਏ ਉਹਨਾਂ ਦੇ ਸਿਰਾਂ ਉੱਤੇ ਸੀਸ ਕੋਈ ਨਾ, ਹਨਾ। ਜੂਜ ਦਾਗੇ ਹੋਏ ਰਣ ਮਹਿ ਜੂਜੈ, ਬਿਨ ਦਾਗੇ ਭੱਗ ਜਾਈ। ਜਿਹੜੇ ਬਿਨਾਂ ਦਾਗੇ ਉਹ ਭੱਜ ਜਾਂਦੇ ਆ, ਜਿਹੜੇ ਦਾਗੇ ਵੇ ਉਹ ਰਣ ਚ ਜੂਝਦੇ ਆ। ਗੁਰੂ ਮੇਹਰ ਕਰੇ ਭਰਾਓ, ਆਪਾਂ ਤਾਂ ਇੱਕ ਇਹ ਲਾਈਵ ਹੁਣ ਮੈਂ ਆਪਾਂ ਦਾ ਦਿਲ ਦੇ ਜਜ਼ਬਾਤ ਤੁਹਾਡੇ ਨਾਲ ਸਾਂਝੇ ਕੀਤੇ ਆ, ਹੈ ਨਾ। ਹੁਣ ਸਾਰਾ ਕੁਛ ਤੁਹਾਡੇ ਸਾਰਿਆਂ ਦੇ ਸਾਹਮਣੇ ਆ। SSP ਦੇ ਤਲਵਾਰ ਮਾਰੀ, ਹਾਂਜੀ ਮਾਰੀ, ਇਹ ਸੱਚਾ ਬਚਨ ਆ ਜੀ। ਇਹ ਉਹੀ ਪੈਰਾ ਤਾਂ ਸਭ ਤੋਂ ਜਿਹੜਾ ਵਾਪਰਿਆ, ਜਿਹੜਾ ਉਹ ਗਲਤੀ ਰੱਖ ਲਓ ਜਾਂ ਉਹਦੇ ਵਿੱਚ ਡਿਸਿਪਲਿਨ ਦੀ ਜਿਹੜੀ ਕੋਈ ਕਮੀ ਸੀਗੀ, ਉਹ ਰੋਕ ਕੇ ਜਾਂ ਕਰਨ ਦਾ ਹੱਲ ਸੀਗਾ, ਉਸ ਚੀਜ਼ ਦਾ ਹੋਇਆ ਕਰਕੇ ਹੀ ਤਾਂ ਇਹ ਸਾਰੀਆਂ ਨੌਬਤਾਂ ਆਈਆਂ। ਜੇ ਉਦਣ ਪੁਲਿਸ ਦੇ ਨਾ ਮਾਰਿਆ ਹੁੰਦਾ ਤੇ ਅੱਜ ਸਾਡੇ ਨਾਲ ਇਹ ਨਾ ਹੁੰਦੀ। ਅਸੀਂ ਆਪਦਾ ਕੰਮ ਨਸ਼ਿਆਂ ਦੇ ਵਿਰੁੱਧ ਸਾਰਾ ਕੁਛ ਜਿਹੜਾ ਬਾਈ, ਹੈ ਨਾ, ਸਿਰਾ ਲੱਗੀ ਜਾਂਦਾ ਸੀਗਾ, ਤੇ ਉਸ ਚੀਜ਼ ਨੇ ਸਾਰਿਆਂ ਨੂੰ ਰਾਹ ਤੋਂ ਭਟਕਾਤਾ। ਹਾਂ ਵੀਰੇ, ਆਪਾਂ ਤਾਂ ਬਹੁਤ ਚੰਗਾ ਲੱਗਾ ਵੀ ਜਦੋਂ ਉਹਨੂੰ ਵੀਡੀਓ ਵੇਖੀ ਆ, ਠੀਕ ਆ, ਚੜ੍ਹਦੀ ਕਲਾ ਚਾ, ਤੰਦਰੁਸਤ ਆ, ਖੁਸ਼ੀਆਂ ਖੇੜਿਆਂ ਚ, ਹਨਾ। ਵਾਹਿਗੁਰੂ ਮਹਾਰਾਜ ਮਿਹਰ ਕਰੇ, ਇਵੇਂ ਰੱਖੇ,
ਤੇ ਠੀਕ ਆ, ਭੱਜਣਾ ਭੁੱਜਣਾ ਤਾਂ ਇਹਨਾਂ ਨੇ ਕਿੱਥੇ ਆ, ਜਿਹੜੇ ਬੰਦੇ ਨੇ ਕਹਿ ਹੀ ਦਿੱਤੀ ਗੱਲ, ਭੱਜ ਭੁੱਜ ਤਾਂ ਸਕਦਾ ਹੀ ਨਹੀਂ ਆ, ਜੇ ਭੱਜੂਗਾ ਤੇ ਸਾਰੀ ਕੌਮ ਤੋਂ ਵੀ ਜਾਊਗਾ, ਹਨਾ। ਇਹ ਤਾਂ ਮਿਹਣੇ ਲੈ ਕੇ ਤਾਂ ਜਿਹੜਾ ਜਿੱਥੇ ਮਰਜ਼ੀ ਚਲਾ ਜਾਵੇ, ਪਰ ਸਮੇਂ ਨਾਲ ਹੁਣ ਪਤਾ ਲੱਗੂਗਾ ਵੀ ਕੌਣ ਕਿੰਨੇ ਕੁ ਜੋਗਾ, ਕੌਣ ਕੀ ਕਰਦਾ ਗਾ। ਹੁਣ ਸਾਹਮਣੇ ਜਦੋਂ ਪਤਾ ਗਾ ਵੀ ਸਾਨੂੰ ਤਾਂ ਘੇਰਨਾ, ਵੀ ਪੁਲਿਸ ਵੀ ਹੈਗੀ ਆ, ਮਿਲਟਰੀ ਵੀ ਹੈਗੀ ਆ, ਸਾਰਾ ਕੁਛ ਆ, ਸਾਡੇ ਕੋਲੇ ਤਾਂ ਨਾ ਕੁਛ ਹੈਗਾ, ਨਾ ਸਾਡਾ ਅਸੀਂ ਕਿਸੇ ਤੇ ਵਾਰ ਕਰਗੇ, ਨਾ ਅਸੀਂ ਮਾਰਗੇ ਕਿਸੇ ਨੂੰ, ਅਸੀਂ ਆਪਦੇ ਹੱਕ ਸੱਚ ਦੀ ਗੱਲ ਕਹਿਣੀ ਹੈ। ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਸ਼ਹੀਦੀ ਹੋ ਜਾ, ਉਹਨਾਂ ਤੇ ਜਦੋਂ ਹਮਲਾ ਹੋਇਆ ਨਾ, ਤੇ ਸਾਹਮਣੇ ਆਪਦੇ ਬੰਦੇ ਲਾਹੌਰ ਵੱਲੋਂ ਹਮਲਾ ਕਰਨ ਆਏ ਸੀਗੇ, ਤੇ ਉਹ ਕਹਿੰਦੇ ਅਸੀਂ ਸਾਰਾ ਕੁਛ ਸਹਿ ਲਾਂਗੇ, ਸਾਰਾ ਕੁਛ ਅਸੀਂ ਕਿਵੇਂ ਸਹਾਂਗੇ, ਵੀ ਅਸੀਂ ਕਿਸੇ ਨੂੰ ਕੋਈ ਵਾਰ ਨਹੀਂ ਕਰਨਾ ਗਾ, ਤੇ ਜਿਹੜੀਆਂ ਫੌਜਾਂ ਉਹ ਆ ਉਹਨਾਂ ਵਾਸਤੇ ਜਲ ਪਾਣੀ ਵੀ ਤਿਆਰ ਕਰਕੇ ਰੱਖ ਦਿਓ, ਤੇ ਉਹਨਾਂ ਦੇ ਗੋਲੇ ਮਾਰੇ, ਗੋਲੀਆਂ ਮਾਰੀਆਂ, ਉਹ ਸਾਰੇ ਉਹਨਾਂ ਨੇ ਵੀ ਐ ਸ਼ਾਂਤੀ ਦੇ ਵਿੱਚ ਬੈਠਿਆ ਨੇ ਆਪਦੀਆਂ ਸ਼ਹਾਦਤਾਂ ਦੇ ਦਿੱਤੀਆਂ। ਅਸੀਂ ਕੌਮ ਤੋਂ ਵੱਖ ਹੋ ਹੀ ਨਹੀਂ ਸਕਦੇ, ਤਾਂ ਸਾਨੂੰ ਯਾਨੀ ਕਿ ਵੀ ਇਹਨਾਂ ਜਦੋਂ ਸਾਰਾ ਕੁਛ ਵਾਪਰਦਾ ਉਹਦੇ ਵਿੱਚ ਸਾਡੇ ਨਾਲ ਤਾਂ ਜਿਹੜਾ ਕੁਛ ਹੋਣਾ ਹੋਣਾ ਹੀ ਆ, ਉਹਦੇ 'ਚ ਸਾਡੇ ਧੀਆਂ ਪੁੱਤਾਂ ਸਾਰਿਆਂ ਨੂੰ ਬਰਾਬਰ ਹੀ ਸਹਿਣਾ ਪੈਂਦਾ ਗਾ, ਇਹ ਸਾਰਿਆਂ ਨੂੰ ਤੁਹਾਨੂੰ ਵੀ ਪਤਾ, ਹਨਾ। ਸਹਿਨੇ ਵੀ ਆ, ਸਹਿ ਵੀ ਲਵਾਂਗੇ, ਪਰ ਜਿਹੜਾ ਵੀ ਕੋਈ ਵੀ ਆ ਹੱਕ ਦੀ ਗੱਲ ਜਾਂ ਸੱਚ ਦੀ ਗੱਲ, ਸਾਨੂੰ ਜੇ ਫਰੀਡਮ ਆਫ ਸਪੀਚ ਇਹ ਕਹਿੰਦੇ ਆ ਵੀ ਫਰੀਡਮ ਆਫ ਸਪੀਚ ਆ, ਤੁਸੀਂ ਆਪਦੇ ਵਿਚਾਰਾਂ ਦੀ ਗੱਲ ਕਰ ਸਕਦੇ, ਤੇ ਅਸੀਂ ਵਿਚਾਰਬੰਦ ਹੋ ਕੇ ਹੀ ਆਪਦੀ ਗੱਲ ਕਰਦੇ ਹਾਂ, ਜੇ ਪ੍ਰੋਟੈਕਸ਼ਨ ਕਰਦੇ ਹਾਂ ਤਾਂ ਆਪਦੀ ਕਰਦੇ ਹਾਂ, ਅਸੀਂ ਕਿਸੇ ਦੇ ਕੋਈ ਚੰਗਾ ਨਹੀਂ ਕਦੇ ਮਾੜਾ ਨਹੀਂ। ਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ ਬਖਸ਼ਣ ਜੋਗੇ ਹਿਰਦੇ ਤੋਂ ਹੋਈਏ, ਸਾਰਿਆਂ ਨੂੰ ਪਿਆਰ ਸਤਿਕਾਰ, ਸਾਰੇ ਸੈਲਫ ਰਿਸਪੈਕਟ ਹਰੇਕ ਹੀ ਬੰਦਾ ਚਾਹੁੰਦਾ, ਹਨਾ। ਕਿਸੇ ਨੂੰ ਨਾ ਅਸੀਂ ਉਹਨਾਂ ਨੂੰ ਮਾੜਾ ਚੰਗਾ ਬੋਲੀਏ ਨਾ ਉਹ, ਪਰ ਜਿਹੜੀ ਸਾਡੀ ਕੋਈ ਹੱਕ ਸੱਚ ਦੀ ਗੱਲ ਆ, ਸਾਨੂੰ ਉਨੀ ਕੁ ਤਾਂ ਪ੍ਰੇਮ ਨਾਲ ਕਰਨ ਦਾ ਹੱਕ ਦੇਣਾ ਚਾਹੀਦਾ, ਕਿ ਅਸੀਂ ਹੁਣ ਵੀ ਸਾਡੇ ਜਾਂ ਫਿਰ ਵੀ ਮੂੰਹਾਂ ਨੂੰ ਜਿੰਦੇ ਲਾ ਦਿਓ, ਸਾਨੂੰ ਤਾਂ ਆ ਬੈਠੇ ਆ ਵੀ ਅਸੀਂ ਨਹੀਂ ਕੁਛ ਬੋਲ ਦੇਗੇ, ਠੀਕ ਆ ਵੀ ਫਿਰ ਅਸੀਂ ਕਹਿ ਵੀ ਕੀ ਸਕਦੇ ਆ, ਪ੍ਰੈਸ਼ਰ ਤਾਂ ਪ੍ਰੈਸ਼ਰ ਹੀ ਆ। ਹੁਣ ਇੱਥੇ ਬੈਠੇ ਆ, 2 ਮਹੀਨਾ ਆ ਗਏ ਪੁਲਿਸ, ਪੁਲਿਸ ਫਿਰ ਫੜ ਕੇ ਲੈ ਜੂਗੀ, ਜਾ ਵੜਾਂਗੇ, ਕੀ ਆਖਾਂਗੇ ਉਹਨਾਂ ਨੂੰ। ਸਭ ਤੋਂ ਇਨਾਮੀ ਰਾਸ਼ੀ ਤੇ ਇਹੀ ਆ ਨਾ, ਜੇ ਹੁਣ ਬਾਜ ਗਿਆ ਕਿ ਵੀਰ ਤੇ ਵੀ ਯਾਰ NSA ਏਡਾ ਵੱਡਾ ਯਾਰ, ਹਨਾ, ਕਰਮ ਵੀ ਵੀ ਇੰਨਾ ਵੀ ਉਹ ਹੋ ਗਿਆ ਵੀ ਦੇਸ਼ ਵਾਸਤੇ ਇੰਨੀ ਉਹਦੀ ਆਵਾਜ਼ ਖਤਰਾ ਹੋ ਗਈ, ਸਿਰਫ ਇਸ ਕਰਕੇ ਵੀ ਉਹ ਗੁਰੂ ਦਾ ਸਿੱਖ ਹੈ ਯਾਰ। ਮਹਾਰਾਜ ਭਲਾ ਕਰੇ, ਅਸੀਂ ਤਾਂ ਕੌਮ ਦੇ ਸਾਹਮਣੇ ਆ, ਪੁਲਿਸ ਦੇ ਵੀ ਸਾਹਮਣੇ ਆ, ਅਸੀਂ ਤਾਂ ਉਹਨਾਂ ਨੂੰ ਵੀ ਕਿਹਾ ਜਿਵੇਂ ਮਰਜ਼ੀ ਕਰ ਲਿਓ, ਨਾ ਅਸੀਂ ਭੱਜਣਾ ਨਾ ਅਸੀਂ ਕਿਤੇ ਜਾਣਾ, ਸਾਨੂੰ ਤਾਂ ਤੁਸੀਂ ਫੋਨ ਕਰ ਦਿਓ ਇਹੀ ਯਾਰ, ਤਾਂ ਵੀ ਆ ਜਾਂਗੇ ਤੁਹਾਡੇ ਕੋਲੇ ਵੀ ਹਾਂ ਯਾਰ ਵੀ ਇੱਥੇ ਖੜੇ ਆ, ਤੁਸੀਂ ਕੀ ਗੱਲ ਕਹੀ ਆ, ਕਿਉਂ ਕਹੀ ਆ, ਅਸੀਂ ਤੁਹਾਡੇ ਕੋਲੇ ਆ ਜਾਂਗੇ, ਅਸੀਂ ਕਿਹੜਾ ਭੱਜਣਾ ਕਿਸੇ ਤੋਂ, ਨਾ ਸਾਨੂੰ ਕਿਸੇ ਦਾ ਇਹ ਹੈਗਾ ਗਾ ਵੀ ਜਾਈਏ ਕਿਤੇ। ਤੇ ਹੁਣ ਜਿਹੜੇ ਹਾਲਾਤ ਆ, ਹੁਣ ਜਿਹੜੀਆਂ ਗੱਲਾਂ ਹੁਣ ਆ, ਇਹਨਾਂ ਨੂੰ ਸਰਕਾਰ ਕਿਵੇਂ ਅਕਾਲ ਹੀ ਅਕਾਲ ਅਮਨੋਦੀਪ ਸਿੰਘ ਅਕਾਲ ਹੀ ਅਕਾਲ ਸੋਜੋ ਅਵਤਾਰ ਸਿੰਘ ਤੁਸੀਂ, ਹਾਂਜੀ ਵੀਰੇ ਚੜ੍ਹਦੀ ਕਲਾ, ਵੀਰਿਆ ਚੜ੍ਹਦੀ ਕਲਾ, ਕਿਰਪਾ ਸੱਚੇ ਸਤਿਗੁਰਾਂ ਦੀ। ਬਾਕੀ ਇਹ ਹੁਣ ਥੋੜਾ ਬਹੁਤ ਇਹ ਆ ਨਾ, ਉਹਦਾ ਸਾਨੂੰ ਤਾਂ ਹੋਰ ਤਾਂ ਕਿਸੇ ਦਾ ਡਰ ਹੀ ਨਹੀਂ, ਬਗਾਨੇ ਸਾਨੂੰ ਤਾਂ ਜਿਹੜੇ ਆਪਦੇ ਦਸਤੇ ਬਣੇ ਆ ਉਹ ਜਿਹੜੇ ਕਰਦੇ ਆ ਕਾਰਜ, ਸਾਨੂੰ ਉਹਨਾਂ ਦੀ ਮਾਰ ਆ, ਦੂਜਿਆਂ ਦੀ ਮਾਰ ਤਾਂ ਹੈ ਹੀ ਨਹੀਂ ਜੀ। ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ, ਇਹ ਤਾਂ ਰੂਹਾਂ ਦੇ ਰਿਸ਼ਤੇ ਆ, ਹਿਰਦੇ ਦੇ ਰਿਸ਼ਤੇ ਆ, ਅਸੀਂ ਤਾਂ ਪਿਆਰ ਸਤਿਕਾਰ ਚ ਉੱਥੇ ਖੜੇ ਆ ਵਧੀਆ ਆਨੰਦ ਚ, ਪਰ ਹੁਣ ਇਹਨਾਂ ਨੂੰ ਪਤਾ ਨੀ ਸਾਡੇ ਤੋਂ ਕੀ ਵਹਿਮ ਆ ਵੀ ਕੀ ਅਸੀਂ ਕਰਦੇ ਹਾਂ ਜਾਂ ਕੀ ਨਹੀਂ ਕਰਦੇ। ਜਸਪ੍ਰੀਤ ਕੌਰ, ਹਾਂ ਭੈਣ ਮੇਰੀਏ ਸਮਝੋ, ਬਾਹਰ ਇਹ ਚ ਕੋਈ ਸ਼ੱਕ ਨਹੀਂ,
ਮੈਂ ਤਾਂ ਹੁਣ ਲਾਈਵ ਇਸ ਕਰਕੇ ਹੋਇਆ ਵੀ ਹਨਾ ਵੀ ਵੀਰੇ ਯਾਰ ਕੀ ਅਸੀਂ ਆਹ ਬੈਠੇ ਹਾਂ, ਅਸੀਂ ਤਾਂ ਆਹ ਨਿਹੱਥੇ ਹਾਂ, ਆਹ ਸਾਡਾ ਪਰਿਵਾਰ ਕੋਲੇ ਫਿਰਦਾ ਗਾ, ਬੱਚੇ ਫਿਰਦੇ, ਘਰੇ ਬੈਠੇ ਹਾਂ ਅਸੀਂ ਹਨਾ, ਤੇ ਜੇ ਸਾਨੂੰ ਫੇਰ ਵੀ ਬੈਠਿਆਂ ਨੂੰ ਹੀ ਹੁਣ ਚੰਗਾ ਮਾੜਾ ਕਹਿਣਗੇ ਤੇ ਯਾਰ ਫਿਰ ਸਾਡੀ ਤਾਂ ਸਮਝੋ ਬਾਹਰ ਆ ਵੀ ਅਸੀਂ ਕੀ ਕੀਤਾ ਹਨਾ। ਅਸੀਂ ਤਾਂ ਜੇ ਕੋਈ ਮਾੜਾ ਕਰਮ ਕਮਾਇਆ ਤਾਂ ਸਾਨੂੰ ਤੁਸੀਂ ਆਖੋ, ਬਾਕੀ ਤੁਸੀਂ ਦੱਸ ਦਿਓ ਵੀ ਹਾਲਾਤਾਂ ਦੇ ਮੁਤਾਬਕ ਕੀ ਹੋਣਾ ਤੇ ਕੀ ਹੋਣ ਵਾਲਾ, ਕੀ ਹੋਣਾ ਚਾਹੀਦਾ ਉਹ ਤੁਸੀਂ ਦੱਸ ਦਿਓ ਭੈਣ ਭਰਾ। ਚੜ੍ਹਦੀ ਕਲਾ ਵੀਰ ਜੀ, ਚੜ੍ਹਦੀ ਕਲਾ ਵੀ ਉਹ ਬੱਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੌਜੋ ਚੜ੍ਹਦੀ ਕਲਾ ਸੋਹਣਾ, ਚੜ੍ਹਦੀ ਕਲਾ ਕੁਲਵੰਤ ਸਿੰਘ, ਚੜ੍ਹਦੀ ਕਲਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ। ਵਾਹਿਗੁਰੂ ਕਹਿੰਦੇ ਸੁਣੋ, ਨੰਦ ਲਾਲ ਯਹ ਸਾਜ, ਪ੍ਰਗਟ ਕਰੂੰਗਾ ਆਪਣਾ ਰਾਜ, ਚਾਰ ਵਰਨ ਇੱਕ ਵਰਨ ਕਰਾਊਂ, ਵਾਹਿਗੁਰੂ ਸਿੰਘ ਕੋ ਨਾਮ ਜਪਾਊਂ, ਝੂਲਣ ਨੇਜੇ ਹਸਤੀ ਸਾਜੇ, ਦੁਆਰ ਦੁਆਰ ਪਰ ਨੌਬਤ ਬਾਜੇ, 1,25,000 ਜਗ ਤੁਖੇ ਪਲੀਤਾ, ਤਬਾ ਖਾਲਸਾ ਉਹਦੇ ਅਸਤ ਲਓ ਜੀਤਾ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਗੁਰੂ ਮੇਹਰ ਕਰੋ, ਨਾ ਆਪ ਲੜੂ ਨਾ ਫੌਜ ਲੜਾਉ, ਪਟ ਵੀਰਨ ਸੇਤੀ ਬਾਂਧ ਮਗਾਉ, ਨਾ ਛਾਡੂ ਖਲਕ ਨਾ ਛਾਡੂ ਬਲਖ, ਪਰਬਤ ਕਾਟੂ ਈਰਾਨ ਖੁਰਾਸਾਨ ਕੇ, ਮੇਰਾ ਨਾਉ ਗੁਰੂ ਗੋਬਿੰਦ ਸਿੰਘ ਸੋਢੀ ਰਾਏ, ਅਸ ਖਲੋਨਾ ਖਲਕਤ ਰਾਜ ਸਾਜ, ਬਾਂਧ ਮਗਾਉ ਗੋਛੇ ਕਮਾਣ ਕੇ, ਹੁਕਮ ਸੱਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਹਿਮ ਕਰੀ ਦਾਤਿਆ, ਰਹਿਮ ਕਰੀ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਬਸ ਇੰਨਾ ਯਾਰ, ਆਪਾਂ ਤਾਂ ਇੱਕ ਗੱਲ ਜਾਣਦੇ ਵੀ ਸੱਚੇ ਪਾਤਸ਼ਾਹ ਬੇਸ਼ੱਕ ਕਲੇਜੇ ਸ਼ੁਰੂ ਹੋਵੇ, ਸੱਚੀ ਗੱਲ ਹਮੇਸ਼ਾ ਕਹੀ ਜਾਂਦੀ, ਅਸੀਂ ਕਿਸੇ ਨੂੰ ਕੋਈ ਨਹੀਂ ਕਹਿਣਾ ਨਾ ਮਾਨਾ, ਜਿਹੜੀ ਕੋਈ ਰੱਬ ਲੱਗਦੀ ਗੱਲ ਆ, ਜਿਹੜੀ ਸਾਨੂੰ ਗੁਰਬਾਣੀ ਨੇ, ਵਿਦਿਆ ਨੇ, ਇਤਿਹਾਸ ਨੇ ਸਿਖਾਈਆਂ ਗਾ ਹਨਾ, ਇਹ ਧਰਮ ਤੋਂ ਆਕੀ ਨਹੀਂ ਹੋਣਾ ਗਾ, ਦੁਨੀਆਂ ਤੋਂ ਆਕੀ ਹੋ ਜਾਂਗੇ। ਹਰਪ੍ਰੀਤ ਸਿੰਘ ਪ੍ਰੀਤ ਲਾਈਵ ਹੋ ਕੇ ਦੁਬਈ ਵਾਲੇ ਸਾਧ ਸੰਤ ਨੇ ਦੱਸਦਾ ਕਿ ਮੈਂ ਭਗੌੜਾ ਸੀ, ਬਾਈ ਦੇ ਚਬਲੀ ਚੰਗੀ ਤਰ੍ਹਾਂ ਨਹੀਂ ਫਿਰੀ। ਸੱਜਣੋ ਇਹ ਤਾਂ ਯਾਰ ਵੇਖੋ, ਜਿਹੜਾ ਕੋਈ ਹੈਗਾ ਉਹ ਤਾਂ ਉਹਨਾਂ ਨੇ ਆਪਦੇ ਫਰਜ਼ ਨਿਭਾਉਣੇ ਆ, ਉਹਨਾਂ ਦੇ ਆਪਦੇ ਫਰਜ਼ ਆ, ਸਾਡੇ ਆਪਦੇ ਫਰਜ਼ ਆ, ਜਿੰਨਾ ਕੁ ਸਾਨੂੰ ਗੁਰੂ ਨੇ ਸਿਖਾਇਆ ਅਸੀਂ ਆਪਦੇ ਫਰਜ਼ ਨਿਭਾਈ ਜਾਂਦੇ ਹਾਂ, ਉਹ ਆਪਦੇ ਫਰਜ਼ ਨਿਭਾਈ ਜਾਂਦੇ ਆ। ਹਾਂ ਵੀਰ, ਇਹ ਤਾਂ ਆਪਾਂ ਗੁਰੂ ਆਸ਼ੇ ਅਨੁਸਾਰ ਯਾਰ ਵੀਰੇ, ਆਪਾਂ ਸੱਚ ਦੀ ਹੱਕ ਦੀ ਹੁਣ ਗੱਲ ਜਿਵੇਂ ਆਪਣਾ ਕੀਤੀ ਆ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ, ਹੁਣ ਉਹਨਾਂ ਨੂੰ ਨਿਰਾ ਪੂਰਾ ਬਾਦਲਾਂ ਦੀ ਝੋਲੀ ਪਾ ਦੇਣਾ, ਤੇ ਅਕਾਲ ਤਖ਼ਤ ਸਾਹਿਬ ਜਿਹੜੀ ਸਰਮੌਰਤਾ ਤੇ ਉੱਚਤਾ, ਉਹਨਾਂ ਦੇ ਪ੍ਰਤੀ ਸਾਡਾ ਜਿਹੜਾ ਅਕੀਦਾ ਜਾਂ ਸਾਡਾ ਸਮਰਪਣ ਆ, ਉਸ ਚੀਜ਼ ਤੋਂ ਅਸੀਂ ਭਗੌੜੇ ਨਹੀਂ ਕਦੇ ਵੀ ਹੋ ਸਕਦੇ, ਅਸੀਂ ਹੈ ਹੀ ਨਹੀਂ ਗੇ, ਨਾ ਅਸੀਂ ਭਗੌੜੇ। ਨਿਰਾ ਪੂਰਾ ਉਹਨਾਂ ਦੀ ਸਾਰੀ ਗੱਲ ਨੂੰ ਹੁਣ ਬਾਦਲਾਂ ਦੀ ਝੋਲੀ ਪਾ ਦੇਣਾ, ਹਾਂ ਠੀਕ ਆ, ਸਾਡੇ ਵਾਸਤੇ ਬਾਦਲ ਉਵੇਂ ਹੀ ਆ ਜਿਹੜਾ ਉਹਨਾਂ ਨੇ ਕੀਤਾ, ਉਹਨਾਂ ਕਰਕੇ ਤਾਂ ਸਾਨੂੰ ਜਦੋਂ ਉਹਨਾਂ ਦੇ ਰਾਜ ਚ ਜਦੋਂ ਉਸ ਰਾਜ ਤੇ ਬੈਠੇ ਸੀ, ਉਹਨਾਂ ਨੇ ਉਹੀ ਪੁਲਿਸ ਤੋਂ ਡਾਂਗਾ ਮਰਾਈਆਂ, ਹੁਣ ਇਹ ਆਪਦੇ ਰਾਜ ਤੇ ਬੈਠੇ ਇਹ ਡਾਂਗਾ ਮਰੀ ਜਾਂਦੇ ਆ, ਪੁਲਿਸ ਵੀ ਉਹ ਆ, ਸਰਕਾਰ ਵੀ ਉਹ ਆ, ਬਸ ਉਹਦਾ ਨਾਂ ਬਦਲ ਗਿਆ, ਹੁਣ ਆਮ ਆਦਮੀ ਪਾਰਟੀ ਛੇਤਰ ਮਾਰੀ ਜਾਂਦੀ ਆ, ਉਦੋਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਛੇਤਰ ਮਾਰੀ ਜਾਂਦਾ ਸੀ, ਜਿਹੜਾ ਕੋਟਕਪੂਰੇ ਸਾਡੇ ਸਾਹਮਣੇ ਸਾਡੇ ਮੱਥਿਆਂ ਇਹਨਾਂ ਨੇ ਉਹ ਅਸਰੂ ਗੈਸ ਵਾਲੇ ਮਾਰੇ, ਫੇਰ ਹੀ ਸਾਨੂੰ
ਇਸ ਰਾਹਾਂ ਤੇ ਤੁਰਨਾ ਪਿਆ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੇ ਸਾਨੂੰ ਅੱਤਵਾਦੀ ਲਿਖਤਾ, ਸਾਨੂੰ ਅਖਬਾਰਾਂ ਚ ਅੱਤਵਾਦੀ ਫੜੇ ਗਏ, ਨੋਰਮਲ ਦੇਸੀ ਹਥਿਆਰਾਂ ਤੇ ਅਸੀਂ ਅੱਤਵਾਦੀ ਬਣ ਗਏ। 27 ਸਾਲਾਂ ਦੀ ਠਾਈਆਂ ਜਦੋਂ ਗੁਰੂ ਵਾਲੇ ਬਣੇ ਆ ਤੇ ਉਦੋਂ ਸਾਡਾ ਇਹ ਅੱਜ ਜਿਹੜਾ ਬਾਜੇ ਕੇ ਨੂੰ ਆ ਵੀਰ ਨੂੰ ਉਹ ਇੱਕ ਇਨਾਮ ਹੀ ਆ, ਗੁਰੂ ਦਾ ਹੋਣ ਦਾ, ਸਿੱਖ ਹੋਣ ਦਾ ਨਾਮ ਆ ਉਹ NS। ਵਾਹਿਗੁਰੂ ਜੀ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਾਨੂੰ ਤਾਂ ਭਰਾਵਾ ਚਪਲੀ ਚੱਟਾਂ ਨੇ ਮਾਰਿਆ ਗਾ, ਹੋਰ ਨੀ ਕੋਈ ਮਾਰਦਾ ਗਾ। ਗੱਲਾਂ ਵੱਡੀਆਂ। ਹਾਂਜੀ ਠੀਕ ਆ ਫੋਜੋ, ਜਿਉਂਦੇ ਵਾਸਤੇ ਰੋ, ਆਪਾਂ ਦਾ ਦਿਲ ਦਾ ਸੁਨੇਹਾ ਤੁਹਾਨੂੰ ਦੇਣਾ ਸੀਗਾ, ਅਸੀਂ ਕੌਮ ਲਈ, ਆਪਦੇ ਪੰਥ ਲਈ, ਆਪਦੇ ਸੱਚ ਲਈ, ਆਪਦੇ ਗੁਰੂ ਲਈ ਅਸੀਂ ਖੜੇ ਆ। ਜਿੰਨਾ ਚਿਰ ਸਵਾਸ ਜ਼ਿੰਦਗੀ ਦੇ ਹੈਗੇ ਆ, ਇਹ ਸੱਚੇ ਸਤਿਗੁਰਾਂ ਦੇ ਆ, ਇਹ ਕੌਮ ਦੇ ਆ, ਪੰਥ ਦੇ ਆ। ਸੱਚੇ ਪਾਤਸ਼ਾਹ ਰਹਿਮ ਕਰੇ ਸਾਡੇ ਹਿਰਦਿਆਂ ਚ, ਪੰਥ ਵਸੈ ਮੈਂ ਉਜੜਾ ਮਨ ਚਾਓ ਘਨੇਰਾ। ਸਤਿਗੁਰ ਆਗਿਆ ਸੀ ਸਪੇਟ ਦਿਓ, ਜੇ ਸੱਚ ਹੈ ਸਤਿਗੁਰ ਭਾਵ ਹੈ, ਜੇ ਉਹਨੂੰ ਭਾਉਂਦਾ ਹੋਇਆ ਤਾਂ ਉਹ ਸਾਡਾ ਸਿਰ ਦੀ ਫੀਸ ਜ਼ਰੂਰ ਲੈ ਲੂਗਾ। ਅਸੀਂ ਕਦੇ ਕਿਸੇ ਦੇ, ਕਦੇ ਇਸ ਜਹਾਨ ਦੇ ਅੰਦਰ ਜਿਹੜਾ ਕੁਛ ਪਹਿਲਾਂ ਹੋ ਗਿਆ ਹੋਊਗਾ, ਵਿਲੱਖ ਹੋ ਗਿਆ ਹੋਊਗਾ, ਜਦੋਂ ਦੇ ਅਸੀਂ ਗੁਰੂ ਦੇ ਸਿੱਖ ਬਣੇ ਹਾਂ, ਕਿਸੇ ਵੀ ਬੰਦੇ ਦੇ ਪ੍ਰਤੀ ਮਾੜਾ ਚੰਗਾ ਜਾਂ ਅਸੀਂ ਕਾਰਜ ਕੀਤਾ ਹੋਵੇ, ਅਸੀਂ ਦੇਣਦਾਰ ਹੋਵਾਂਗੇ। ਪਰ ਅਸੀਂ ਆਪਦੇ ਸੱਚ ਤੇ ਹੱਕ ਦੀ ਗੱਲ ਤੋਂ ਪਿੱਛੇ ਨਹੀਂ ਕਦੇ ਵੀ ਹਟਣਾ, ਬਸ ਇਹੀ ਸਾਡਾ ਇੱਕ ਆ। ਹੋਰ ਅਸੀਂ ਕਿਸੇ ਨੂੰ ਨਾ ਅਸੀਂ ਮਾਰ ਗਏ, ਨਾ ਕੁੱਟ ਗਏ, ਨਾ ਲੁੱਟ ਗਏ, ਨਹੀਂ ਸਾਡਾ ਇਹੋ ਜਿਹਾ ਕੋਈ ਫਰਜ਼ ਗਾ। ਸਾਡਾ ਹੈਗਾ ਸੱਚ ਬੋਲਣ ਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਅਦਬੀ, ਸਿੰਘਾਂ ਦੇ ਮਾਰੀਆਂ ਗੋਲੀਆਂ, ਸਭ ਕੁਝ ਉਹ ਚੀਜ਼ਾਂ ਸਾਨੂੰ ਇਸ ਰਾਹਾਂ ਤੇ ਲਿਆ ਕੇ ਸਾਨੂੰ ਮਜਬੂਰ ਕਰਦੀਆਂ ਵੀ ਅਸੀਂ ਆਪਦੇ ਹੱਕ ਸੱਚ ਦੀ ਗੱਲ ਕਰੀਏ, ਅਸੀਂ ਆਪਦੇ ਸੰਕਲਪ ਦੀ ਗੱਲ ਕਰੀਏ। ਜੇ ਦੂਜੀਆਂ ਕੌਮਾਂ ਦੇ ਆਪਦੇ ਸੰਕਲਪ ਹੈਗੇ ਆ ਤੇ ਸਾਡੇ ਵੀ ਆਪਦੇ, ਸਾਨੂੰ ਗੁਰੂ ਨੇ ਬਖਸ਼ੇ, ਅਸੀਂ ਆਪਦੇ ਸੰਕਲਪਾਂ ਨੂੰ ਨਿਭਾਉਣਾ। ਮਹਾਰਾਜ ਕਹਿੰਦੇ ਆ, ਉਹ ਕਹਿ ਕਾਮ ਕ੍ਰੋਧ ਲੋਭ ਮੋਹ ਬਿਨਸ ਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਵੀ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੇ ਤੇ। ਪਰ ਸੱਚਾ ਸਤਿਗੁਰੂ ਕਹਿੰਦਾ ਵੀ ਇੱਕ ਥਾਂ ਤੇ ਜੇ ਤੂੰ ਲਾਲਚ ਕਰਨਾ ਫਿਰ ਇੱਕ ਗੁਣ ਹੈਗਾ, ਉਹਦਾ ਲਾਲਚ ਕਰੀ। ਮਹਾਰਾਜ ਕਹਿੰਦੇ ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬ ਹੋ ਨਾ ਡਰੋ, ਨਾ ਡਰੋ ਅਰ ਸੋ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ। ਉੱਥੇ ਨਿਸ਼ਚੈ ਕਰਨ ਵਾਸਤੇ ਉਸ ਉੱਥੇ ਲਾਲਚ ਆਪਦੇ ਅੰਦਰ, ਮਨਾਂ ਦੇ ਅੰਦਰ ਲਾਲਚ ਹੋ ਗੁਣ ਤੋ ਚਰੋ, ਜਬ ਆਪ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੈ ਜੂਝ ਮਰੈ। ਹੇ ਦੀਨ ਦਿਆਲ ਸੱਚੇ ਸਤਿਗੁਰੂ, ਅਸੀਂ ਹੱਕ ਤੇ ਸੱਚ ਬਿਲਕੁਲ ਨਰੋਲ ਯਾਰ, ਅਸੀਂ ਸ਼ਾਸਤਰ ਪਾਏ ਵੀ ਹਨ, ਅਸੀਂ ਕਿਸੇ ਦੇ ਕੱਢਣਾ ਤੇ ਵਾਰ ਨਹੀਂ, ਪੁਲਿਸ ਇੰਨੀ ਆਈ, ਕਿਸੇ ਨੂੰ ਚੰਗਾ ਮਾੜਾ ਕਿਸੇ ਨੂੰ ਵੀ ਨਾ ਅਸੀਂ ਕਹਿਣਾ। ਜਿਹੜਾ ਅਸੀਂ ਆਪਦਾ ਹੱਕ ਤੇ ਸੱਚ ਆ ਉਹ ਅਸੀਂ ਬੋਲਣਾ ਹੀ ਬੋਲਣਾ, ਉਹਦੇ ਲਈ ਸਾਡੀ ਜੋ ਵੀ ਸਜ਼ਾ ਏ ਮੁਕਰਰ ਕਰਨਗੇ ਅਸੀਂ ਹੱਸ ਕੇ ਸਵਾਂਗੇ ਹੱਸ ਕੇ। ਕਤਰਾ ਮਿਲਾ ਸਮੁੰਦਰ ਸੇ ਸਮੁੰਦਰ ਹੋ ਗਿਆ, ਆਸ਼ਿਕ ਮਿਲਾ ਜੋ ਮੌਤ ਸੇ ਕਲੰਦਰ ਹੋ ਗਿਆ। ਜੇ ਉਹਨੇ ਮਿਲਾਇਆ ਸੱਚੇ ਸਤਿਗੁਰਾਂ ਨੇ ਨਾ ਤੇ ਜ਼ਰੂਰ ਜ਼ਰੂਰ। ਕਬੀਰ ਮੋਹੇ ਮਰਨੈ ਕਾ ਚਾਉ ਹੈ, ਮਰੂ ਤੋਂ ਹਰ ਕੇ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਬਾਰ। ਅਸੀਂ ਮਰ ਕੇ ਵੀ ਡਿੱਗੀਏ ਆਪਦੇ ਗੁਰੂ ਦੇ ਦਰ ਤੇ ਡਿੱਗੀਏ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ, ਸਾਡਾ ਤਾਂ ਜੋ ਹੈਗਾ ਆਪਦਾ, ਤੁਸੀਂ ਸਾਨੂੰ ਜਿਉਂ ਲੈਣ ਦਿਓ, ਬਸ ਸਾਡੇ ਅਕੀਦੇ ਨੂੰ ਭੰਗ ਨਾ ਕਰੋ। ਸਾਡੇ ਗੁਰੂ ਦੀ ਬੇਅਦਬੀ, ਸਾਡੇ ਡਾਂਗਾਂ, ਸਾਡੇ ਗੋਲੀਆਂ, ਜੇ ਅਸੀਂ ਗੱਲ ਕਰਦੇ ਹਾਂ ਸਾਵੀਂ ਡਾਂਗਾਂ ਸਾਡੇ, ਸਮਝੋ ਬਾਹਰ ਆ ਯਾਰ, ਕਰਗੇ ਤਾਂ ਕੀ ਕਰਗੇ, ਕੀ ਕਰ ਸਕਦੇ ਹਾਂ, ਕੁਛ ਵੀ ਨਥਿੰਗ। ਅਸੀਂ ਤਾਂ ਅਰਦਾਸ ਕਰਦੇ ਹਾਂ, ਹੇ ਸੱਚਾ ਪਾਤਸ਼ਾਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰੀ, ਜਿਹੜਾ ਵੀਰ ਭੈਣ ਭਰਾ ਹੱਕ ਸੱਚ ਦੀ ਗੱਲ ਕਰਦਾ, ਬਸ ਇੰਨਾ ਦਮ ਹੀ ਦੇ ਦੀ, ਅਸੀਂ ਕਿਸੇ ਨੂੰ ਕੀ ਮਾਰਨਾ ਯਾਰ। ਅਸੀਂ ਤਾਂ ਹੁਣ ਹੱਕ ਸੱਚ ਦੀ ਗੱਲ ਕਰਨ ਵਾਸਤੇ ਕਿੰਨੀ ਪੁਲਿਸ ਹੁਣ ਲੁਕਣਾ ਪੈ ਗਿਆ, ਸਭ ਕੁਛ ਲੋਕ ਕਿਉਂ ਆਉਂਦੇ, ਐਂ ਹੋ ਗਿਆ ਜਿਉਂ ਹੋ ਗਿਆ।
कोई नहीं, ये बड़ा कुछ होंदा ना, सब कुछ आई चली जाना। बाकी महाराज कहिंदे सभना शाला मारियां, करता करे सो होए, जेड़ा को करते ने करना है, साला दा हरेक ही मारदा। महाराज कहिंदे दोहा सिरिया का आप स्वामी, खेल है बिगसे अंतरजामी, वो अंतरजामी दोहा सिरिया दा आप ही है। जेड़ी एक बंदा ओदे पक्ष ते खड़ के लड़दा, वह सच दे पक्ष ते आ, एक बंदा विरोधी धिर हुंदी है, हमेशा चलता ही आया। ਇਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਬਾਬਰ ਬੂਬਰ ਕਿੰਨੇ ਚੜ ਕੇ ਅਬਦਾਲੀ ਜਗਰੀਏ ਕਿੰਨੇ ਹੀ ਰੂਹਾਂ ਇੱਥੇ ਭੜਕਦੀਆਂ ਆਈਆਂ, ਖਾਲਸੇ ਪੰਥ ਨੇ ਚੜ੍ਹਦੀ ਕਲਾ ਨਾਲ ਜਵਾਬ ਦਿੱਤੇ ਆ, ਚੜ੍ਹਦੀ ਕਲਾ ਨਾਲ। ਠੀਕ ਆ ਫੌਜੋ, ਜਿਉਂਦੇ ਵਾਸਤੇ ਰਹੋ, ਦਿਲਾਂ ਦੇ ਦਿਲਾਂ ਨੂੰ ਰਾਹ ਹੁੰਦੇ ਆ। ਬਸ ਜਿਹੜਾ ਕੋਈ ਸਰੀਰਕ ਨਹੀਂ ਮਿਲ ਸਕਦਾ, ਮਨ ਕਰਕੇ ਸੱਚੇ ਸਤਿਗੁਰਾਂ ਮੂਹਰੇ ਅਰਦਾਸ ਜ਼ਰੂਰ ਕਰਿਆ ਕਰੋ ਵੀ ਸਾਲਸੇ ਪੰਥ ਦੀ ਚੜ੍ਹਦੀ ਕਲਾ ਹੋਵੇ। ਸਾਰੇ ਭੈਣ ਭਰਾ ਆਪਦੇ ਅਕੀਦੇ ਤੇ ਸੱਚ ਤੇ ਫਰਜ਼ ਤੇ ਆਪਦਾ ਨਿਭਾਉਣ, ਭਾਵੇਂ ਉਹ ਪੁਲਿਸ 'ਚ ਆ, ਭਾਵੇਂ ਉਹ ਆਰਮੀ 'ਚ ਆ, ਭਾਵੇਂ ਅਸੀਂ ਆਪਦੀ ਗੁਰੂ ਦੀ ਆਰਮੀ 'ਚ ਆ, ਖਾਲਸਾ ਅਕਾਲ ਪੁਰਖ ਕੀ ਫੌਜ, ਅਸੀਂ ਉਹ ਸੱਚੇ ਪਾਤਸ਼ਾਹ ਨੇ, ਸਾਨੂੰ ਤਾਂ ਉਸੇ ਮਾਲਕ ਨੇ ਸਜਾਇਆ, ਉਹਦੇ ਮਾਲਕ ਦੇ ਸਜੇ ਕਰਕੇ ਆਏ ਆ। ਪਾਣੀ ਚ ਰਹੀਏ, ਬਿਲਕੁਲ, ਸਿੱਖ ਕਦੇ ਨੀ ਹਾਰਦਾ, ਨਾ ਨਾ ਬਈ। ਮਹਾਰਾਜ ਕਹਿੰਦੇ ਨਾ ਉਹੇ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਬਾਕੀ ਜਿਹੜੀ ਮੌਤ ਦੀ ਗੱਲ ਆ ਜਾਂ ਹਾਰਨ ਦੀ ਗੱਲ ਆ, ਉਹ ਠੀਕ ਆ ਗੁਰੂ। ਹਾਂਜੀ ਠੀਕ, ਜਿਉਂਦੇ ਵਾਸਤੇ ਰਹੋ, ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮਰਥ ਬਖਸ਼ਣ, ਤੰਦਰੁਸਤੀਆਂ ਖੁਸ਼ੀਆਂ ਖੇੜੇ ਬਖਸ਼ਣ, ਕੌਮ ਨੂੰ ਚੜ੍ਹਦੀ ਕਲਾ ਬਖਸ਼ਣ, ਪ੍ਰੇਮ ਇਤਫਾਕ ਸਾਡੇ ਹਿਰਦਿਆਂ ਚ ਹੋਵੇ, ਅਰਦਾਸ ਸਾਡੀ ਗੁਰੂ ਅੱਗੇ ਆ, ਗੁਰੂ ਨੇ ਚੜ੍ਹਦੀ ਕਲਾ ਕਰਨੀ ਆ। ਹਰ ਇੱਕ ਉਸ ਵੀਰ ਦੇ ਨਾਲ ਆ ਜਿਹੜਾ ਬੰਦਾ ਸਤਿਗੁਰ ਸੱਚੇ ਪਾਤਸ਼ਾਹ ਦੇ ਓਟ ਆਸਰੇ ਦੇ ਵਿੱਚ ਆਪਦੇ ਹੱਕ ਸੱਚ ਦੀ ਗੱਲ ਕਰਦਾ। ਜਿਹੜੇ ਕੋਈ ਗੱਲ ਨੀ, ਉਹ ਕਹਿੰਦੇ ਵੀ ਅੱਜ ਜੇ ਹਨੇਰਾ ਹੋਇਆ ਤੇ ਦਿਨ ਵੀ ਚੜੂਗਾ, ਕੋਈ ਗੱਲ ਨੀ, ਉਸ ਗੁਰੂ ਨੇ ਸਾਰਿਆਂ ਨੂੰ ਮਿਹਰ ਕਰਨੀ ਆ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੂਗਾ, ਉਹ ਗੁਰੂ ਨੀ ਕਿਤੇ ਵੀ ਡਿੱਗਣ ਦਿੰਦਾ। ਧੰਨਵਾਦ ਵੀਰਿਓ, ਤੁਹਾਡੇ ਭੈਣ ਭਰਾਵਾਂ ਕਰਕੇ ਜਾਉਂਦੇ ਆ। ਲਾਡੀ ਕਬੱਡੀ ਚੜੈਕ ਵੀਰ, ਵੇਖੋ ਹਾਰ ਜਿੱਤ ਸਮਾਂ ਦੱਸਦਾ ਹੁੰਦਾ, ਹਾਰ ਜਿੱਤ ਸਮੇਂ ਨੇ ਦੱਸਣੀ ਆ। ਗੱਲ ਇਹ ਆ ਵੀ ਜਿਹੜੇ ਬੰਦੇ ਨੇ ਹਾਰ ਹੀ ਕਬੂਲ ਕਰ ਲਈ ਲੜਨ ਤੋਂ ਪਹਿਲਾਂ, ਗੱਲ ਉਹ ਨੀ ਚਾਹੀਦੀ ਗੀ, ਗੱਲ ਜਿੱਤ ਗਏ ਜਾਂ ਹਾਰ ਗਏ ਉਹ ਮਹਿਣਾ ਨਹੀਂ ਰੱਖਦਾ, ਪਰ ਖੜ ਕੇ ਆਪਦੇ ਹੱਕ ਸੱਚ ਦੀ ਕੌਣ ਗੱਲ ਬੋਲਿਆ। ਅਸੀਂ ਉਹ ਹਾਂ ਯਾਰ ਵੀ ਜਿਹੜੀਆਂ ਚਿੜੀਆਂ ਨੇ ਕਹਿੰਦੇ ਸੀਗੇ ਵੀ ਪਾਣੀ ਲਿਆਂਦੀਆਂ ਸੀ ਚੁੰਝ ਭਰ ਕੇ, ਤੇ ਸਾਡੀ ਗਿਣਤੀ ਅੱਗ ਬੁਝਾਉਣ ਵਾਲਿਆਂ 'ਚ ਆਊਗੀ, ਅੱਗ ਲਾਉਣ ਵਾਲਿਆਂ 'ਚ ਨਹੀਂ ਆਉਂਦੀ। ਸੁਖਜੀਤ ਸਿੰਘ, ਤੁਸੀਂ ਸਿਰ ਦੇਣ ਲਈ ਅੱਗੇ ਰਹਿਣਾ ਪਲੀਜ਼। ਚਲੋ ਕੋਈ ਨੀ, ਲਫੈਂਦਾ ਚੜ੍ਹਦੀ ਕਲਾ ਫੌਜੋ, ਅਕਾਲ ਹੀ ਅਕਾਲ, ਗੁਰਬਰ ਅਕਾਲ, ਦੇਗ ਤੇਗ ਫਤਿਹ, ਗੁਰੂ ਖਾਲਸੇ ਦੀ ਹਰ ਮੈਦਾਨ ਫਤਿਹ। ਠੀਕ ਆ ਗੁਰੂ ਪਿਆਰਿਓ, ਜਿਉਂਦੇ ਵਾਸਤੇ ਰਹੋ, ਬੜੀ ਖੁਸ਼ੀ ਹੋਈ ਅੱਜ ਬੜੇ ਦਿਨਾਂ ਬਾਅਦ ਆਪਾਂ ਸਾਰੇ ਮਿਲੇ ਹਾਂ, ਤੇ ਹਾਲਾਤਾਂ ਦਾ ਸਾਰਿਆਂ ਨੂੰ ਪਤਾ ਹੀ ਆ, ਤੇ ਅਸੀਂ ਵੀ ਹਾਲਾਤਾਂ ਦੇ ਅੰਦਰ ਹੀ ਆਉਣੇ ਆ, ਹਨਾ, ਇਸ ਕਰਕੇ ਤੁਸੀਂ ਵੀ ਸਾਰਾ ਕੁਛ ਜਾਣਦੇ ਆ, ਤੇ ਬਸ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਦੇ ਨਾ, ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਦੇ ਬੇਨਤੀ ਨਹੀਂ ਹੋਣ ਦਿੰਦੇਗੇ, ਤੇ ਬਸ ਚੜ੍ਹਦੀ ਕਲਾ ਦੀ ਸੁੱਖ ਸ਼ਾਂਤੀ, ਪੰਜਾਬ ਹੱਸਦਾ ਵੱਸਦਾ ਰਵੇ, ਇਹ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ, ਇੱਥੇ ਬਹੁਤ ਚੜ੍ਹਾਈਆਂ ਕਰਦੇ ਆ, ਸਭ ਖਿੱਲਰ ਖੁੱਲਰ ਜਾਂਦੇ ਆ, ਡਿੱਗ ਜਾਂਦੇ ਆ, ਮਹਾਰਾਜ ਇਹ ਖਾਲਸੇ ਦੀ ਜੋਤ ਹੈ, ਪ੍ਰਗਟ ਹੋਈ ਹੈ, ਇਹ ਬੁਝਣੀ ਨਹੀਂ ਗੀ, ਇਹ ਨਾ ਹੀ ਇਹਨੂੰ ਕੋਈ ਬੁਝਾ ਸਕਦਾ,
ਇਹ ਅਕਾਲ ਪੁਰਖ ਦੀ ਸਾਜੀ ਨਵਾਜੀ ਕੌਮ ਆ, ਠੀਕ ਆ। ਅੱਜ ਅਸੀਂ ਉਹ ਖਾਲਸੇ ਰੂਪ ਦੇ, ਸ਼ਾਇਦ ਮੈਨੂੰ ਜਿਹੜੀ ਗੱਲ ਲੱਗਦੀ ਆ ਵੀ ਉਸ ਅਕੀਦੇ ਤੋਂ ਸ਼ਾਇਦ ਟੁੱਟੇ ਹੋਏ ਆ, ਵੀ ਜਿਹੜੀ ਜਿਹਨਾਂ ਕੋਲ ਬਾਣੀ ਹੈਗੀ ਆ ਉਹਨਾਂ ਕੋਲ ਬਾਣਾ ਹੈ ਨਹੀਂ, ਜਿਹਨਾਂ ਕੋਲ ਬਾਣਾ ਹੈਗਾ ਉਹਨਾਂ ਕੋਲ ਬਾਣੀ ਹੈ ਨਹੀਂ, ਗੁਰਮਤ ਦੀ ਬਾਣੀ ਦੀ ਵਿੱਦਿਆ ਦੀ ਸਾਡੇ ਕੋਲ, ਠੀਕ ਆ। ਅਸੀਂ ਕਈ ਵਾਰੀ ਹੋ ਸਕਦਾ ਅਸੀਂ ਕਾਹਲੇ ਪੈਂਦੇ ਹੋਈਏ ਜਾਂ ਕਈ ਸਮਿਆਂ ਤੋਂ ਗਲਤ ਵੀ ਹੁੰਦੇ ਹੋਈਏ, ਪਰ ਅਸੀਂ ਇੱਕ ਯਕੀਨ ਹਮੇਸ਼ਾ ਸਾਰਿਆਂ ਲਈ ਹੈ ਇਹ, ਸਾਡੇ ਲਈ ਹਰੇਕ ਭੈਣ ਭਰਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਗੁਰਬਾਣੀ ਸਾਨੂੰ ਅਕੀਦਿਆਂ ਚ ਬਹੁਤ ਕੁਛ ਸਮਝਾਉਂਦੀ ਆ। ਅਸੀਂ ਆਪਦੇ ਹੱਕ ਦੀ ਗੱਲ ਕਰਨ ਲਈ ਆਉਣੇ ਆ, ਅਸੀਂ ਕਿਸੇ ਦਾ ਲੁੱਟਣ ਖੋਣ ਕਦੇ ਨਾ ਤੁਰੇ ਆ, ਨਾ ਮਹਾਰਾਜ ਸਾਨੂੰ ਤੋਰੇ, ਨਾ ਅਸੀਂ ਕਹਿੰਦੇ ਆ। ਜੇ ਸਾਡੇ ਕੋਲ ਕੁਛ ਹੈਗਾ ਨਾ, ਉਹ ਸਾਡੀ ਵਿਰੋਧੀ ਧਿਰ ਜੇ ਮੂਹਰੇ ਪੈਦਾ ਹੋਈ ਸਾਨੂੰ ਚੜਾਉਂਦੇ ਆ, ਅਸੀਂ ਤਾਂ ਉਸ ਗੱਲ ਵਾਸਤੇ ਤੁਰਦੇ ਹਾਂ, ਤਾਂ ਅਸੀਂ ਉਹਦੇ ਗਲਮਾ ਫੰਡ ਨੂੰ ਤੁਰਦੇ ਹਾਂ। ਨਹੀਂ ਅਸੀਂ ਆਪਦੇ ਘਰੇ ਬੈਠੇ ਆ, ਸਾਡਾ ਵੀ ਜੀ ਕਰਦਾ ਸੀ ਵੀ ਆਪਦੇ ਬੱਚੇ ਪਾਲ ਲਈਏ, ਪਰ ਜਿਹੜੇ ਹਾਲਾਤ ਉਹ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਹਨਾ ਵੀ ਪਾਲਣ ਪੁਣਨ ਵਾਲੀ ਗੱਲ ਹੈਗੀ ਆ। ਸਮਾਂ ਡਾਢਾ ਭਰਾਵੋ, ਬਸ ਅਰਦਾਸ ਬੇਨਤੀ ਕਰਿਓ ਮੇਰਾ ਵੀਰ, ਸਾਰੇ ਦੁਆਵਾਂ ਦੀ ਲੋੜ ਆ ਤੁਹਾਡੀਆਂ ਦੀ, ਬਸ ਜਿਉਂਦੇ ਵੱਸਦੇ ਰਹੋ। ਕੋਈ ਗੱਲ ਨਹੀਂ, ਇਹ ਜ਼ਿੰਦਗੀ ਦੇ ਹਾਲਾਤ ਵੀਰ ਆ, ਇਵੇਂ ਰਹਿਣੇ ਆ, ਇਵੇਂ ਰਹਿਣੇ ਆ, ਕੋਈ ਗੱਲ ਨਹੀਂ, ਕਦੇ ਤਾਂ ਸਮਾਂ ਆਊਗਾ ਨਾ। ਮਹਾਰਾਜ ਸੱਚੇ ਪਾਤਸ਼ਾਹ ਦਾ ਉਹਦਾ ਕਿਆ ਬਚਨ, ਨਾ ਕੋਈ ਆਲੀ ਗਿਆ, ਪਿਛਲੇ 550 ਸਾਲ ਤੋਂ ਕੌਮ ਨਾਲ ਆਈ ਹੁੰਦੀ ਆਈ ਆ। ਅਸੀਂ ਤਾਂ ਫਿਰ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਸਿਰਾਂ ਤੇ ਖਾਈ ਜਾਂਦੇ ਹਾਂ, ਉਹਨਾਂ ਦੀ ਕਮਾਈ ਖਾਈ ਜਾਂਦੇ ਹਾਂ। ਫਿਰ ਵੀ ਜੇ ਜੇਲ੍ਹ ਵੀ ਜਾ ਵੜਦੇ ਹਾਂ ਤਾਂ ਵੀ ਉੱਥੇ ਕੰਬਲ ਬਿਸਤਰੇ ਸਾਰਾ ਕੁਛ ਸਾਨੂੰ ਮਿਲ ਜਾਂਦਾ, ਫਿਰ ਵੀ ਮਖਮਲੀ ਸੇਜਾਂ ਉੱਥੇ ਵੀ ਵਿਛ ਜਾਂਦੀਆਂ, ਰੋਟੀ ਪਾਣੀ ਵੀ ਮਹਾਰਾਜ ਚੰਗਾ ਖਵਾ ਦਿੰਦਾ। ਪਰ ਗੱਲ ਸਿਰਫ ਕੀ ਆ, ਖੰਡ ਦੀ ਗੱਲ ਆ, ਸੱਚਕ ਦੀ ਗਰਮ ਦੀ। ਬਸ ਆਪਦੇ ਆਪਦੇ ਥਾਂ ਤੇ ਹਰੇਕ ਭੈਣ ਭਰਾ ਆਪਦੇ ਹੱਕ ਦੀ ਸੱਚ ਦੀ ਗੱਲ ਵੀ, ਸਾਨੂੰ ਜ਼ੁਲਮ ਨਾ ਸਾਡੇ ਤੇ ਕਮਾਓ, ਸਾਨੂੰ ਜਿਹੜੀ ਵਿਚਾਰਾਂ ਦੀ ਜਿਹੜੀ ਆਜ਼ਾਦੀ ਤੇ ਖੁੱਲ ਦੀ ਸਾਂਝ ਆ, ਸਾਨੂੰ ਉਹਦੇ ਵਿੱਚ ਰਹਿ ਕੇ ਅਸੀਂ ਆਪਦੇ ਗੁਰੂ ਦੀ ਹਰੇਕ ਮਰਿਆਦਾ ਦੇ ਵਿੱਚ ਆ। ਜੇ ਅਸੀਂ ਉਸ ਤੋਂ ਬਾਹਰ ਹਾਂ ਤੇ ਅਸੀਂ ਦੇਣਦਾਰ ਹੀ ਹਾਂ ਯਾਰ, ਕੌਮ ਦੇ ਵੀ ਦੇਣਦਾਰ ਹਾਂ, ਗੁਰੂ ਦੇ ਵੀ ਹਾਂ ਤੇ ਇਹਨਾਂ ਸਰਕਾਰਾਂ ਦੇ ਵੀ ਦੇਣਦਾਰ। ਅਸੀਂ ਤਾਂ ਕੋਈ ਕੀਤਾ ਹੀ ਨਹੀਂ, ਅਸੀਂ ਤਾਂ ਬੈਠੇ ਹਾਂ, ਜੇ ਆਪਦੀ ਗੱਲ ਕਰਦੇ ਹਾਂ ਤੇ ਐਂ ਸਾਹਮਣੇ ਆ ਕੇ ਕਰਦੇ, ਉਹਨਾਂ ਭਰਾਵਾਂ ਨੂੰ ਵੀ ਸੁਣਦੀ ਆ, ਤੁਹਾਨੂੰ ਵੀ ਸੁਣਦੀ ਆ, ਪੁਲਿਸ ਨੂੰ ਵੀ ਸੁਣਦੀ ਆ, ਸਰਕਾਰ ਨੂੰ ਵੀ ਸੁਣਦੀ ਆ। ਪਰ ਰਹਿਮ ਕਰੋ, ਗੁਰੂ ਮਿਹਰ ਕਰੇ, ਸੰਗਤ ਬਖਸ਼ਣ ਹਾਰ ਆ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦਿਓ, ਮਹਾਰਾਜ ਭਲਾ ਕਰੇ, ਹਾਲਾਤ ਵੀਰੇ ਡਾਢੇ ਆ, ਸੱਚੇ ਪਾਤਸ਼ਾਹ ਰਹਿਮ ਕਰੇ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਪਿਆਰ ਇਤਫਾਕ ਤੇ ਸੱਚ ਬਖਸ਼ੇ। ਜਿਉਂਦੇ ਵਾਸਤੇ ਰਹੋ, ਸੁਣਿਓ, ਮਿਲਦੇ ਹਾਂ, ਮਹਾਰਾਜ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜਿਉਂਦੇ ਵਾਸਤੇ ਰਹੋ ਸੱਜਣੋ, ਮਹਾਰਾਜ ਭਲਾ ਕਰੇ, ਸਾਰਿਆਂ ਨਾਲ ਪਿਆਰ ਬਣਿਆ ਰਹੇ, ਪੰਜਾਬ 'ਚ ਚੜ੍ਹਦੀ ਕਲਾ ਰਹੇ, ਬਾਬਾ ਜੀ ਮੰਤਰੀ ਵੀਰ ਵੀ ਚੜ੍ਹਦੀ ਕਲਾ ਵਿੱਚ ਆ। ਵਾਹਿਗੁਰੂ ਜਿਉਂਦੇ ਵਾਸਤੇ ਰਹੋ, ਠੀਕ ਆ ਫੋਜੋ ਹੋਏ ਆ, ਚਲੋ ਸਤਿਗੁਰੂ ਸੱਚੇ ਪਾਤਸ਼ਾਹ, ਕੋਈ ਗੱਲ ਨਹੀਂ, ਇਹ ਤੱਤੀਆਂ ਤਵੀਆਂ 'ਤੇ ਵੀ ਖਾਲਸਾ ਚੜ੍ਹਦੀ ਕਲਾ 'ਚ ਆ, ਇੱਥੇ ਆਰਿਆਂ ਦੀਆਂ ਰੰਬੀਆਂ ਸਾਰਿਆਂ 'ਤੇ ਚੜ੍ਹਦੀ ਕਲਾ 'ਚ ਆ, ਪਰ ਮੁੱਖ ਗੁਰੂ ਵੱਲੀ ਮਹਾਰਾਜ ਰੱਖੇ, ਸਾਡਾ ਮੁੱਖ ਗੁਰੂ ਵੱਲੀ ਹੋਣਾ ਚਾਹੀਦਾ, ਮਹਾਰਾਜ ਸੱਚੇ ਪਾਤਸ਼ਾਹ ਇੰਨੀ ਸਾਡੇ 'ਤੇ, ਕਿਉਂਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆ, ਜਿਹਦੇ 'ਤੇ ਸੱਚਾ ਸਤਿਗੁਰੂ ਮਿਹਰ ਕਰਦਾ ਉਹੀ ਇਹ ਗੱਲਾਂ ਕਰ ਸਕਦਾ, ਜਿਹੜੀ ਗੁਰਬਾਣੀ ਦੀ ਆ, ਹੱਕ ਦੀ ਆ। ਪਿਰਮ ਪਿਆਲਾ ਖਸਮ ਕਾ ਜਿਸ ਭਾਵ ਆ ਤਸਦੇ, ਜਿਹਨੂੰ ਭਾਉਂਦਾ ਉਹਨੂੰ ਦਿੰਦਾ, ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਜਿਨ੍ਹਾਂ ਦੇ ਮੁੱਖ ਹੋਰ ਆ ਤੇ ਮਨ ਚ ਕੋ ਹੋਰ ਆ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਜਸ ਗਾਓ, ਸੱਚੇ ਪਾਤਸ਼ਾਹ ਨੇ ਆਪੇ ਰਾਹ ਦੇ ਦੇਣਾ, ਜਿੱਥੇ ਵੀ ਰੱਖੂਗਾ ਮਹਾਰਾਜ ਰੱਖੂਗਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਨਾਨਕਾ ਸੱਚ। ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਵਧੀਆ ਅਰਦਾਸ ਬੇਨਤੀ ਬਾਣੀ ਪੜ੍ਹ ਕੇ ਸੱਚੇ ਪਾਤਸ਼ਾਹ ਮੂਹਰੇ ਅਰਦਾਸ ਬੇਨਤੀ ਜ਼ਰੂਰ ਕਰਿਓ, ਸਾਰੇ ਭੈਣ ਭਰਾ ਵਾਸਤੇ, ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਸਮਰਥ ਬਖਸ਼ੇ, ਆਪਦੇ ਫਰਜ਼ਾਂ ਦੀ ਅਸਲ ਸਾਂਝ ਪਿਆਰ ਸਾਰਾ ਕੁਛ ਬਖਸ਼ੇ। ਜਿਉਂਦੇ ਵੱਸਦੇ ਰਹੋ ਵੀਰਿਓ, ਖੁਸ਼ੀ ਹੋਈ ਅੱਜ ਤੁਹਾਡੇ ਨਾਲ ਵਾਹਵਾ ਦਿਨਾਂ ਬਾਅਦ ਮਿਲ ਕੇ,
ਤੇ ਅੱਗੇ ਹੁਣ ਇਹਨਾਂ ਨੇ ਸਰਕਾਰ ਨੇ ਸਾਡੇ ਤੇ ਕੀ ਜ਼ੁਲਮ ਕਰਨੇ ਉਹ ਇਹਨਾਂ ਦੇ ਹੱਥ ਆ ਹਨਾ। ਅਸੀਂ ਨਾ ਭੱਜੇ ਹਾਂ ਨਾ ਭੱਜਣਾ ਇਸ ਧਰਤੀ ਤੇ, ਮਹਾਰਾਜ ਨੇ ਕਿਰਪਾ ਨਾਲ ਇੱਥੋਂ ਦੇ ਜੰਮੇ ਆ ਇੱਥੋਂ ਦੇ ਜਾਏ ਆ, ਇੱਥੇ ਹੀ ਇੱਕ ਦਿਨ ਜਿਵੇਂ ਮਰਜ਼ੀ ਫਨਾ ਕਰ ਦੇਣ, ਅਸੀਂ ਤਾਂ ਖਾਲੀ ਹੱਥ ਆਏ ਖੜੇ ਹਾਂ, ਅਸੀਂ ਕਿਤੇ ਨਹੀਂ ਜਾਣਾ, ਅਸੀਂ ਆ ਬੈਠੇ ਹਾਂ। ਹਾਂ ਜਿੱਦਣ ਪੰਥ ਵਾਜ ਮਾਰੂਗਾ, ਜਿੱਦਣ ਪੰਥ ਦੀ ਕੋਈ ਗੱਲ ਹੋਊਗੀ, ਹਾਂ ਡਟ ਕੇ ਨਾਲ ਆ, ਉਹ ਇਹਨਾਂ ਦੀ ਮਰਜ਼ੀ ਆ ਕੁਛ ਕਰਨ ਹਨਾ। ਜਿਹੜਾ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਜੇ ਕੋਈ ਗੱਲ ਹੋਊਗੀ ਜਾਂ ਕੋਈ ਵੀ ਸਾਨੂੰ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪ੍ਰੇਮ ਮੀਰੀ ਪੀਰੀ ਦੇ ਸਿਧਾਂਤਾਂ ਦੀ ਸਮਝ ਬੂਝ ਅਕੀਦਾ ਜਿਹੜਾ ਉਹਨਾਂ ਦਾ ਚੱਲਣ ਦਾ ਉਹ ਬਖਸ਼ ਦੇਣ, ਉਹਨਾਂ ਦੇ ਅਨੁਸਾਰ ਹੀ ਚੱਲੇ ਗਏ ਅਸੀਂ। ਪਰ ਅਸੀਂ ਜਿਹੜੀ ਉੱਥੇ ਸਿਆਸਤ ਪੱਖੀ ਹੋ ਕੇ, ਕਿਉਂਕਿ ਇੱਕ ਸਾਡਾ ਪੰਥ ਆ, ਸਾਡੇ ਪੰਥ ਦੇ ਸਿਲੈਕਸ਼ਨ ਸੀਗੀ, ਇਲੈਕਸ਼ਨ ਤਾਂ ਹੈ ਹੀ ਨਹੀਂ। ਅੱਜ ਇਹ ਮੁਲਾਜ਼ਮ ਜਥੇਦਾਰ ਜਿਹੜੇ ਆ ਵੀ ਉਹਨਾਂ ਕਰਕੇ ਸਾਡੀ ਕੌਮ ਨੂੰ, ਜਿਹੜਾ ਆਮ ਲੋਕ ਵੀ ਅਕਾਲ ਤਖ਼ਤ ਸਾਹਿਬ ਦੇ ਵਿਰੁੱਧ ਬੋਲ ਜਾਂਦੇ ਆ, ਪਰ ਕੋਈ ਵੀ ਬੰਦਾ ਕੁਛ ਵੀ ਕਰ ਸਕਦਾ, ਕਿਸੇ ਦੇ ਮਗਰ ਲੱਗ ਕੇ ਕਿਸੇ ਦੀ ਪਾਵਰ ਕਿਸੇ ਦੀ ਸ਼ਹਿਜ ਕਰ ਸਕਦਾ, ਪਰ ਅਕਾਲ ਤਖ਼ਤ ਸਾਨੂੰ ਸਦਾ ਨਮਨ ਆ, ਸਦਾ ਨਮਨ ਆ। ਤੇ ਜੇ ਕੋਈ ਸਾਨੂੰ ਹੱਕ ਸੱਚ ਵਾਸਤੇ ਆਵਾਜ਼ ਮਾਰੂਗਾ, ਅਸੀਂ ਜਾਵਾਂਗੇ, ਅਸੀਂ ਖੜਾਂਗੇ, ਜ਼ਰੂਰ ਜਾਵਾਂਗੇ, ਆਈ ਕਰਕੇ ਜਾਣਾ। ਜੇ ਲੱਗਦਾ ਹੋਇਆ ਤੇ ਸਾਨੂੰ ਫੜ ਲੈਣ, ਮਾਰ ਦੇਣ, ਕੁੱਟ ਦੇਣ, ਅਸੀਂ ਕਿਤੇ ਨਹੀਂ ਭੱਜਣਾ, ਅਸੀਂ ਉਹਨਾਂ ਦੇ ਸਾਹਮਣੇ ਜਾਵਾਂਗੇ, ਸਾਹਮਣੇ ਆਵਾਂਗੇ, ਸਾਨੂੰ ਕੁਛ ਕਰ ਲੈਣਾ, ਅਸੀਂ ਭੱਜਣਾ ਨਹੀਂ ਗਾ, ਨਾ ਅਸੀਂ ਭੱਜੇ ਹਾਂ। ਤੁਹਾਡੀਆਂ ਦੁਆਵਾਂ ਜ਼ਰੂਰ ਚਾਹੀਦੀਆਂ, ਅਰਦਾਸ ਬੇਨਤੀ।